Morning, all of you. First of all, please let me know I am audible. Am I audible to all of you or not? Anybody from your side, please give a message. Meri awaaz beta aa rahi hai ki nahi aa rahi? Message box de vich ja ke beta tusi message type kar do ki meri awaaz tuhanu aa rahi hai. Live chat chala denne apan. Okay. ਬੇਟਾ ਮੇਰੀ ਆਵਾਜ਼ ਆ ਰਹੀ ਹੈ ਤਾਂ ਓਕੇ ਜਾਂ ਆਡੀਬਲ ਜਾਂ ਯੈਸ ਸਰ ਪਲੀਜ਼ ਲਿਖ ਦਿਓ ਮੈਸੇਜ ਬਾਕਸ ਦੇ ਵਿੱਚ ਜਾ ਕੇ ਹਾਂਜੀ ਬੇਟਾ 9th ਜੀ ਐਂਡ 9th ਐਸ ਕਲਾਸ ਦੇ ਗਰੁੱਪ ਦੇ ਵਿੱਚ ਮੈਂ ਮੈਸੇਜ ਕੀਤਾ ਸੀ ਸੋ ਪਲੀਜ਼ ਮੈਸੇਜ ਕਰ ਦਿਓ ਲਾਈਵ ਚੈਟ ਚੱਲ ਰਹੀ ਹੈ ਬੇਟਾ ਲਾਈਵ ਚੈਟ ਦੇ ਵਿੱਚ ਜਾ ਕੇ ਮੈਸੇਜ ਕਰ ਦਿਓ ਕਿ ਮੇਰੀ ਆਵਾਜ਼ ਆ ਰਹੀ ਹੈ ਜਾਂ ਨਹੀਂ ਆ ਰਹੀ ਠੀਕ ਹੈ ਹਾਂਜੀ ਮੈਂ ਤੁਹਾਨੂੰ ਦੱਸਦਾ ਲਾਈਵ ਚੈਟ ਦੇ ਵਿੱਚ ਮੈਂ ਕਰਦਾ ਇੱਕ ਮੈਸੇਜ ਓਕੇ ਠੀਕ ਹੈ ਓਕੇ 7 ਬੱਚੇ ਹੋ ਗਏ ਯੈਸ ਸਰ ਥੈਂਕ ਯੂ ਸੋ ਮੱਚ ਐਮ ਐਸ ਵਲੌਗਸ ਆਈ ਥਿੰਕ ਆਈ ਡੀ ਹੈ ਕਿਸੇ ਬੱਚੇ ਦੀ ਥੈਂਕ ਯੂ ਸੋ ਮੱਚ ਬੇਟਾ ਸੋ ਬੱਚੇ 10 ਵਜੇ ਹੋ ਗਏ ਆਪਾਂ ਇੱਕ ਦੋ ਮਿੰਟ ਬਾਅਦ ਆਪਣੇ ਲੈਸਨ ਸਟਾਰਟ ਗੁਰਨੂਰ ਗੁੱਡ ਆਫਟਰਨੂਨ ਬੇਟਾ ਰਾਜ ਮਿਸ਼ਰਾ ਗੁੱਡ ਯੈਸ ਸਰ ਓਕੇ ਥੈਂਕ ਯੂ ਬੇਟਾ ਬੇਟਾ ਜਲਦੀ ਜਲਦੀ ਲਾਈਵ ਹੋ ਜਾਓ ਸਾਰੇ ਬੱਚੇ ਲਿੰਕ ਤੁਹਾਨੂੰ ਦਿੱਤਾ ਹੋਇਆ ਆਪਣੀਆਂ ਫਰੈਂਡਸ ਨੂੰ ਬੇਟੇ ਮੈਸੇਜ ਪਲੀਜ਼ ਕਨਵੇ ਕਰ ਦਿਓ ਦੈਟ ਕਲਾਸ ਇਜ਼ ਸਟਾਰਟਡ ਕਲਾਸ ਸਟਾਰਟ ਹੋ ਚੁੱਕੀ ਹੈ ਐਂਡ ਦਾ ਚੈਪਟਰ ਫੋਰ ਟੂਡੇ ਦੈਟ ਵੀ ਆਰ ਗੋਇੰਗ ਟੂ ਡਿਸਕਸ ਇਜ਼ ਡੈਮੋਕ੍ਰੇਸੀ ਮੀਨਿੰਗ ਐਂਡ ਇੰਪੋਰਟੈਂਸ ਐਂਡ ਡੈਮੋਕ੍ਰੇਸੀ ਐਂਡ ਇਲੈਕਸ਼ਨ ਪੋਲੀਟਿਕਸ ਇਨ ਇੰਡੀਆ ਵੀ ਵਿਲ ਡਿਸਕਸ ਦਾ ਚੈਪਟਰ ਡੈਮੋਕ੍ਰੇਸੀ ਐਂਡ ਇਲੈਕਸ਼ਨ ਪੋਲੀਟਿਕਸ ਇਨ ਇੰਡੀਆ ਹਾਊ ਦਾ ਇਲੈਕਸ਼ਨਸ ਆਰ ਹੈਲਡ ਬੇਟਾ ਨਾਓ ਐਟ ਇਜ਼ ਵੀ ਆਰ ਵਾਚਿੰਗ ਅਰਾਊਂਡ ਅਸ ਦੈਟ ਇਲੈਕਸ਼ਨ ਦਾ ਮਾਹੌਲ ਹੋ ਰਿਹਾ ਸਾਰੇ ਪਾਸੇ ਸਾਰੀਆਂ ਪਾਰਟੀ ਸਾਡੇ ਤੱਕ ਆ ਰਹੀਆਂ ਨੇ ਅਪਰੋਚ ਕਰ ਰਹੀਆਂ ਨੇ ਇਹ ਇਲੈਕਸ਼ਨ ਕਿੱਦਾਂ ਹੋਣਗੇ ਇਹ ਸਾਰਾ ਕੁਝ ਆਪਾਂ ਡਿਸਕਸ ਕਰਾਂਗੇ ਇਨ ਦਿਸ ਚੈਪਟਰ ਨੰਬਰ 13 ਜਿਹੜੇ ਬੱਚਿਆਂ ਕੋਲ ਬੁੱਕਸ ਹੈਗੀਆਂ ਬੇਟੇ ਪਲੀਜ਼ ਓਪਨ ਦਾ ਬੁੱਕਸ ਔਨ ਪੇਜ ਨੰਬਰ 150 ਐਂਡ ਟੂਡੇ ਦਾ ਟੋਪਿਕਸ ਦੈਟ ਵੀ ਆਰ ਗੋਇੰਗ ਟੂ ਡਿਸਕਸ ਆਰ ਵਟ ਇਜ਼ ਦਾ ਮੀਨਿੰਗ ਆਫ ਡੈਮੋਕ੍ਰੇਸੀ ਫਸਟ ਆਫ ਆਲ ਵੀ ਵਿਲ ਡਿਸਕਸ ਵਟ ਇਜ਼ ਦਾ ਮੀਨਿੰਗ ਆਫ ਡੈਮੋਕ੍ਰੇਸੀ ਵਟ ਆਰ ਦਾ ਬੇਸਿਕ ਪ੍ਰਿੰਸੀਪਲਸ ਆਫ ਡੈਮੋਕ੍ਰੇਸੀ ਵਟ ਇਜ਼ ਦਾ ਸਿਗਨੀਫਿਕੈਂਸ ਆਫ ਡੈਮੋਕ੍ਰੇਸੀ ਐਂਡ ਵਟ ਆਰ ਦਾ ਮੇਜਰ ਪ੍ਰੋਬਲਮ ਦੈਟ ਦਾ ਪੀਪਲ ਆਰ ਫੇਸਿੰਗ ਇਨ ਡੈਮੋਕ੍ਰੇਸੀ ਐਂਡ ਐਟ ਲਾਸਟ ਵੀ ਵਿਲ ਡਿਸਕਸ ਵਟ ਆਰ ਦਾ ਨੈਸੈਸਰੀ ਕੰਡੀਸ਼ਨਸ ਫੋਰ ਦਾ ਸਕਸੈਸ ਆਫ ਡੈਮੋਕ੍ਰੇਸੀ ਵੀ ਵਾਂਟ ਦੈਟ ਦਾ ਡੈਮੋਕ੍ਰੇਸੀ ਸ਼ੁੱਡ ਬੀ ਸਕਸੀਡਡ ਦੈਨ ਵਟ ਸਟੈਪਸ ਵੀ ਸ਼ੁੱਡ ਟੇਕ ਫੋਰ ਦਾ ਸਕਸੈਸ ਆਫ ਡੈਮੋਕ੍ਰੇਸੀ ਸੋ ਫਸਟ ਆਫ ਆਲ ਆਈ ਵੈਲਕਮ ਯੂ ਆਲ ਅਗੇਨ ਇਨ ਦਾ ਸੈਸ਼ਨ ਆਫ ਐਸ ਐਸ ਟੀ 9th ਕਲਾਸ ਐਸ ਐਸ ਟੀ ਟੋਪਿਕ ਡੈਮੋਕ੍ਰੇਸੀ ਓਕੇ ਲੈਟ ਅਸ ਸਟਾਰਟ ਦਾ ਟੋਪਿਕ ਅਗਰ ਬੱਚੇ ਬੇਟੇ ਕੋਈ ਹੈ ਨੋਨ ਦੇ ਵਿੱਚ ਤੁਹਾਨੂੰ ਪਲੀਜ਼ ਮੈਸੇਜ ਕਨਵੇ ਕਰ ਦਿਓ ਕਿ ਕਲਾਸ ਜਿਹੜੀ ਹੈ ਉਹ ਸਟਾਰਟ ਹੋ ਚੁੱਕੀ ਹੈ ਸੋ ਬਿਫੋਰ ਡਿਸਕਸਿੰਗ ਦਾ ਚੈਪਟਰ ਡੈਮੋਕ੍ਰੇਸੀ ਐਂਡ ਇਲੈਕਸ਼ਨ ਪੋਲੀਟਿਕਸ ਆਈ ਵਾਂਟ ਟੂ ਡਿਸਕਸ ਵਿਦ ਆਲ ਆਫ ਯੂ ਡੀਅਰ ਸਟੂਡੈਂਟਸ ਦੈਟ ਵਟ ਇਜ਼ ਐਕਚੁਲੀ ਡੈਮੋਕ੍ਰੇਸੀ ਡੈਮੋਕ੍ਰੇਸੀ ਹੁੰਦੀ ਕੀ ਹੈ ਵਟ ਇਜ਼ ਦਾ ਮੀਨਿੰਗ ਆਫ ਡੈਮੋਕ੍ਰੇਸੀ ਵਟ ਇਜ਼ ਦਾ ਮੀਨਿੰਗ ਆਫ ਡੈਮੋਕ੍ਰੇਸੀ ਵਟ ਇਜ਼ ਦਾ ਐਟੀਮੋਲੋਜੀਕਲ ਮੀਨਿੰਗ ਆਫ ਡੈਮੋਕ੍ਰੇਸੀ ਠੀਕ ਹੈ ਨਾ ਲੈਂਗੁਏਜ ਦੇ ਵਿੱਚ ਡੈਮੋਕ੍ਰੇਸੀ ਦਾ ਕੀ ਮੀਨਿੰਗ ਹੈ ਠੀਕ ਹੈ ਨਾ ਚਲੋ ਸਟਾਰਟ ਕਰਦੇ ਹਾਂ ਬੇਟੇ ਬੱਚੇ ਹੌਲੀ ਹੌਲੀ ਆ ਜਾਣਗੇ ਚਲੋ ਮੈਂ ਇੱਕ ਲਾਈਨ ਬੋਲਦਾ ਬੇਟੇ ਦਾ ਵਰਡ ਡੈਮੋਕ੍ਰੇਸੀ ਹੈਜ਼ ਬੀਨ ਡਰਾਈਵ ਫਰੋਮ ਅ ਗ੍ਰੀਕ ਬੇਟਾ ਇਫ ਯੂ ਵਾਂਟ ਟੂ ਮੇਕ ਸਮ ਨੋਟਸ ਆਫ ਦਿਸ ਚੈਪਟਰ ਪਲੀਜ਼ ਆਪਣੇ ਕੋਲ ਰਫ ਨੋਟਬੁੱਕ ਲੈ ਕੇ ਰੱਖਣਾ ਤਾਂ ਉਹਦੀ ਤੁਸੀਂ ਬਣਾਈ ਜਾਣਾ ਜੋ ਜੋ ਮੇਨ ਪੁਆਇੰਟਸ ਹੋਣਗੇ ਕੀ ਨੋਟਸ ਬਣਾ ਲੈਣਾ ਪਲੀਜ਼ ਦ ਵਰਡ ਡੈਮੋਕ੍ਰੇਸੀ ਹੈਜ਼ ਬੀਨ ਡਰਾਈਵ ਫਰੋਮ ਟੂ ਗ੍ਰੀਕ ਵਰਡਸ ਫਸਟ ਵਰਡ ਇਜ਼ ਡੈਮੋਸ ਐਂਡ ਸੈਕਿੰਡ ਵਰਡ ਇਜ਼ ਕ੍ਰੇਟੀਆ ਕ੍ਰੇਟੀਆ ਕੇ ਆਰ ਏ ਟੀ ਆਈ ਏ ਫਸਟ ਵਰਡ ਇਜ਼ ਡੈਮੋਸ ਡੀ ਈ ਐਮ ਓ ਐਸ ਐਂਡ ਸੈਕਿੰਡ ਵਰਡ ਇਜ਼ ਕ੍ਰੇਟੀਆ ਕੇ ਆਰ ਏ ਟੀ ਆਈ ਏ ਸੋ ਨਾਓ ਵੀ ਵਿਲ ਡਿਸਕਸ ਦਾ ਮੀਨਿੰਗ ਆਫ ਦੀਸ ਟੂ ਵਰਡਸ ਦਾ ਮੀਨਿੰਗ ਆਫ ਵਰਡ ਡੈਮੋਸ ਇਜ਼ ਪੀਪਲ ਡੈਮੋਸ ਦ ਮੀਨਿੰਗ ਆਫ ਡੈਮੋਸ ਇਜ਼ ਪੀਪਲ ਐਂਡ ਦ ਮੀਨਿੰਗ ਆਫ ਕ੍ਰੇਟੀਆ ਇਜ਼ ਰੂਲ ਸੋ ਇਫ ਵੀ ਟਰਾਈ ਟੂ ਫਾਈਂਡ ਦਾ ਮੀਨਿੰਗ ਆਫ ਦਿਸ ਡੈਮੋਕ੍ਰੇਸੀ ਇਨ ਐਟੀਮੋਲੋਜੀਕਲ ਫੋਰਮ ਐਟੀਮੋਲੋਜੀਕਲ ਮਤਲਬ ਲਿੰਗੁਇਸਟਿਕ ਫੋਰਮ ਦੈਨ ਵੀ ਕੈਨ ਸੇ ਦੈਟ ਡੈਮੋਕ੍ਰੇਸੀ ਇਜ਼ ਦਾ ਰੂਲ ਆਫ ਦ ਪੀਪਲ ਇਟ ਇਜ਼ ਦਾ ਗਵਰਨਮੈਂਟ ਆਫ ਦ ਪੀਪਲ ਵੇਅਰ ਪੀਪਲ ਰੂਲ ਓਕੇ ਪੀਪਲ ਵੇਅਰ ਦ ਪੀਪਲ ਰੂਲ ਇਟ ਇਜ਼ ਕਾਲਡ ਡੈਮੋਕ੍ਰੇਸੀ ਅਵਰ ਦੇਰ ਇਜ਼ ਅ ਫੇਮਸ ਫਿਲੋਸਫਰ ਨੇਮਡ ਇਬਰਾਹਿਮ ਲਿੰਕਨ ਹੂ ਸੇਜ਼ ਦੈਟ ਡੈਮੋਕ੍ਰੇਸੀ ਇਜ਼ ਦਾ ਗਵਰਨਮੈਂਟ ਆਫ ਦ ਪੀਪਲ ਫੋਰ ਦ ਬਾਈ ਦ ਪੀਪਲ ਐਂਡ ਫੋਰ ਦ ਪੀਪਲ
ਇਹ ਇਬਰਾਹਿਮ ਲਿੰਕਨ ਦੀ ਇੱਕ ਡੈਫੀਨੇਸ਼ਨ ਹੈ ਕਿ ਡੈਮੋਕ੍ਰੇਸੀ ਇਜ਼ ਦ ਗਵਰਨਮੈਂਟ ਆਫ ਦ ਪੀਪਲ ਬਾਏ ਦ ਪੀਪਲ ਐਂਡ ਫੋਰ ਦ ਪੀਪਲ ਵੀ ਵਿਲ ਡਿਸਕਸ ਇਟ ਲੇਟਰ ਇਨ ਦ ਚੈਪਟਰ ਸੋ ਵੀ ਕੈਨ ਸੇ ਦੈਟ ਇਟ ਇਜ਼ ਦ ਫੋਰਮ ਆਫ ਦ ਗਵਰਨਮੈਂਟ ਬਟ ਇਟ ਲਿਖਣਾ ਤਾਂ ਲਿਖ ਲਓ ਇਟ ਇਜ਼ ਦ ਫੋਰਮ ਆਫ ਦ ਗਵਰਨਮੈਂਟ ਵੇਅਰ ਪੀਪਲ ਕੰਟਰੋਲ ਦ ਪੋਲੀਟੀਕਲ ਪਾਵਰਸ ਜਿੱਥੇ ਲੋਕ ਪੋਲੀਟੀਕਲ ਪਾਵਰਸ ਨੂੰ ਕੰਟਰੋਲ ਕਰਦੇ ਹੈ ਇਹ ਉਹ ਸਰਕਾਰ ਹੈ ਲੀਡਰਸ ਆਰ ਇਲੈਕਟਡ ਬਾਏ ਦ ਪੀਪਲ ਲੀਡਰਸ ਆਰ ਇਲੈਕਟਡ ਬਾਏ ਦ ਪੀਪਲ ਐਂਡ ਦੇ ਰਨ ਦ ਗਵਰਨਮੈਂਟ ਲੀਡਰਸ ਨੂੰ ਲੋਕ ਕਰਦੇ ਨੇ ਇਲੈਕਟ ਅਤੇ ਉਹ ਗਵਰਨਮੈਂਟ ਨੂੰ ਰਨ ਕਰਦੇ ਨੇ ਐਜ਼ ਦ ਰੀਪ੍ਰਜੈਂਟੇਟਿਵ ਆਫ ਪੀਪਲ ਦੇਖੋ ਬੇਟੇ ਇਲੈਕਸ਼ਨ ਦਾ ਮਾਹੌਲ ਹੈ ਸਾਰੀਆਂ ਪਾਰਟੀਜ਼ ਤੁਹਾਡੇ ਕੋਲ ਆ ਰਹੀਆਂ ਨੇ ਕਾਂਗਰਸ ਵਾਲੇ ਵੀ ਆ ਰਹੇ ਹੈ ਅਕਾਲੀ ਦਲ ਵਾਲੇ ਵੀ ਆ ਰਹੇ ਹੈ ਆਮ ਆਦਮੀ ਪਾਰਟੀ ਵਾਲੇ ਵੀ ਆ ਰਹੇ ਹੈ ਸਾਰੇ ਬੀਜੇਪੀ ਵਾਲੇ ਵੀ ਆ ਰਹੇ ਨੇ ਉਹ ਆ ਕੇ ਤੁਹਾਨੂੰ ਆਪਣਾ ਮੈਮੋਰ ਉਹ ਦਿੰਦੇ ਨੇ ਬੇਟੇ ਕਿ ਸਾਡੀ ਪਾਰਟੀ ਜਦੋਂ ਸੱਤਾ ਦੇ ਵਿੱਚ ਆ ਜਾਏਗੀ ਜੇਕਰ ਇੱਕ ਵੀ ਦਿਨ ਦਾ ਇਲੈਕਸ਼ਨ ਤਾਂ ਅਸੀਂ ਆਹ ਕਰਾਂਗੇ ਅਸੀਂ ਉਹ ਕਰ ਦਾਂਗੇ ਸਾਰੇ ਹੀ ਮਤਲਬ ਕਿ ਆਪਣਾ ਮੈਨੀਫੈਸਟੋ ਦਿੰਦੇ ਆ ਕਿ ਸਾਡਾ ਕੀ ਚੀਜ਼ਾਂ ਪ੍ਰੋਮਿਸ ਕਰਦੇ ਤੁਹਾਡੇ ਨਾਲ ਫਿਰ ਵੀ ਹੈਵ ਟੂ ਡਿਸਾਈਡ ਸਾਨੂੰ ਡਿਸਾਈਡ ਕਰਨਾ ਪਏਗਾ ਕਿ ਵਟ ਸ਼ੁੱਡ ਵੀ ਡੂ ਵਿਚ ਪਾਰਟੀ ਸ਼ੁੱਡ ਵੀ ਚੂਜ਼ ਸਾਨੂੰ ਕਿਹੜੀ ਪਾਰਟੀ ਚੂਜ਼ ਕਰਨੀ ਪਏਗੀ ਫੋਰ ਦਾ ਬੈਟਰਮੈਂਟ ਆਫ ਇੰਡੀਆ ਵੀ ਸ਼ੁੱਡ ਨੋਟ ਥਿੰਕ ਆਫ ਅਵਰ ਓਨ ਇੰਟਰਸਟ ਵੀ ਸ਼ੁੱਡ ਥਿੰਕ ਅਬਾਊਟ ਦਾ ਹੋਲ ਇੰਡੀਆ ਵੀ ਸ਼ੁੱਡ ਥਿੰਕ ਅਬਾਊਟ ਦਾ ਹੋਲ ਸਟੇਟ ਫਸਟ ਆਫ ਆਲ ਵੀ ਸ਼ੁੱਡ ਥਿੰਕ ਅਬਾਊਟ ਦਾ ਸਿਟੀ ਦੈਨ ਸਟੇਟ ਦੈਨ ਡਿਸਟ੍ਰਿਕਟ ਦੈਨ ਸਟੇਟ state and country if we will think about the welfare of our country ta sade layi changi hovegi bete har ek insaan de do aspects hunde ek sada niji pehlu hunda hai ki mere sukh aaram ki hai mainu ac mil reha hai ki nahi mil reha mainu car mil rahi ki nahi mil rahi sanu eh cheezan nahi sochniyan chahidiyan we should think that sade desh de vich education hai sade desh de vich health facilities hai sade desh de logan nu jo unna di basic needs hai roti kapda aur makan ਉਹਨਾਂ ਨੂੰ ਮਿਲ ਰਿਹਾ ਹੈ ਕਿ ਨਹੀਂ ਮਿਲ ਰਿਹਾ ਸਾਰੇ ਲੋਕਾਂ ਕੋਲ ਫੂਡ ਸਿਕਿਉਰਿਟੀ ਹੈ ਕਿ ਨਹੀਂ ਹੈ ਲੋਕਾਂ ਕੋਲ ਇੰਪਲੋਇਮੈਂਟ ਹੈ ਕਿ ਨਹੀਂ ਹੈ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਗਰ ਅਸੀਂ ਸੋਚਾਂਗੇ ਤਾਂ ਸਾਡੇ ਜਿਹੜੇ ਨਿੱਜੀ ਪਰਸਨਲ ਜਿਹੜੇ ਸਾਡੇ ਹੈਗੀਆਂ ਨਾ ਇੰਟਰਸਟ ਉਹ ਅਸੀਂ ਉਹ ਸਾਨੂੰ ਸਾਈਡ 'ਤੇ ਰੱਖਣੇ ਪੈਣਗੇ ਅਤੇ ਇਲੈਕਸ਼ਨ ਟਾਈਮ ਬੇਟੇ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੌਣ ਪੂਰੀਆਂ ਕਰਦਾ ਹੈ ਜਿਹੜੀ ਪਾਰਟੀ ਪੂਰੀਆਂ ਕਰੇਗੀ ਅਸੀਂ ਉਸ ਪਾਰਟੀ ਨੂੰ ਵੋਟ ਦੇਵਾਂਗੇ ਉਹ ਪਾਰਟੀ ਆਪਣੇ ਰੀਪ੍ਰਜੈਂਟੇਟਿਵ ਸਾਡੇ 'ਚ ਭੇਜੇਗੀ ਅਤੇ ਇਲੈਕਸ਼ਨ ਉਹ ਸਾਡੇ 'ਤੇ ਰੂਲ ਕਰੇਗੀ ਠੀਕ ਹੈ ਚਲੋ ਇੱਕ ਵਾਰ ਫਿਰ ਮੈਂ ਰਿਪੀਟ ਕਰਦਾ ਬੇਟੇ ਇਨ ਡੈਮੋਕ੍ਰੇਸੀ ਪੀਪਲ ਕੰਟਰੋਲ ਦਾ ਪੋਲੀਟੀਕਲ ਪਾਰਸ ਲੀਡਰਸ ਆਰ ਇਲੈਕਟਡ ਬਾਏ ਦਾ ਪੀਪਲ ਐਂਡ ਦੇ ਰਨ ਦਾ ਗਵਰਨਮੈਂਟ ਐਜ਼ ਦਾ ਰੀਪ੍ਰਜੈਂਟੇਟਿਵ ਆਫ ਦਾ ਪੀਪਲ ਓਕੇ ਇਹ ਸੀ ਬੇਟੇ ਮੀਨਿੰਗ ਸੀ ਡੈਮੋਕ੍ਰੇਸੀ ਦਾ ਫਿਰ ਦੁਬਾਰਾ ਸੁਣ ਲਓ ਡੈਮੋਕ੍ਰੇਸੀ ਇਜ਼ ਦ ਵਰਡ ਇਜ਼ ਅ ਗ੍ਰੀਕ ਵਰਡ ਦੈਟ ਇਜ਼ ਡਰਾਈਵ ਫਰੋਮ ਟੂ ਗ੍ਰੀਕ ਵਰਡ ਦੈਟ ਇਜ਼ ਡੈਮੋਸ ਐਂਡ ਕ੍ਰੇਟੀਆ ਡੈਮੋਸ ਮੀਨ ਰੂਲ ਡੈਮੋਸ ਮੀਨਸ ਪੀਪਲ ਐਂਡ ਕ੍ਰੇਟੀਆ ਮੀਨਸ ਰੂਲ ਸੋ ਦ ਮੀਨਿੰਗ ਆਫ ਡੈਮੋਕ੍ਰੇਸੀ ਇਜ਼ ਦ ਰੂਲ ਆਫ ਪੀਪਲ ਜਿੱਥੇ ਲੋਕਾਂ ਦਾ ਰਾਜ ਹੁੰਦਾ ਦੈਟ ਇਜ਼ ਕਾਲਡ ਡੈਮੋਕ੍ਰੇਸੀ ਓਕੇ ਸੋ ਨਾਓ ਵੀ ਵਿਲ ਡਿਸਕਸ ਸਮ ਡੈਫੀਨੇਸ਼ਨ ਬੇਟੇ ਡੈਫੀਨੇਸ਼ਨ ਜਿਹੜੀ ਹੁੰਦੀ ਹੈ ਨਾ ਬੇਟੇ ਉਹਨੂੰ ਐਜ਼ ਇਟ ਇਜ਼ ਲਿਖਣਾ ਹੁੰਦਾ ਐਜ਼ ਇਟ ਇਜ਼ ਮਤਲਬ ਵਰਡ ਟੂ ਵਰਡ ਸਾਨੂੰ ਡੈਮੋਕ੍ਰੇਸੀ ਦੇ ਮੀਨਿੰਗ ਨੂੰ ਜਾਂ ਕਿਸੇ ਵੀ ਡੈਫੀਨੇਸ਼ਨ ਨੂੰ ਅਸੀਂ ਉੱਦਾਂ ਲਿਖਣਾ ਸਭ ਤੋਂ ਪਹਿਲੇ ਡੈਮੋਕ੍ਰੇਸੀ ਦੀ ਬੇਟੇ ਮੈਂ ਡੈਫੀਨੇਸ਼ਨ ਲਿਖਾਉਣ ਲੱਗਾ ਪਲੀਜ਼ ਰਾਈਟ ਆਨ ਯੂਅਰ ਨੋਟਬੁੱਕਸ ਦਾ ਡੈਫੀਨੇਸ਼ਨ ਆਫ ਅਬਰਾਹਮ ਲਿੰਕਨ ਅਬਰਾਹਮ ਲਿੰਕਨ ਦੇ ਸਪੈਲਿੰਗ ਬੇਟੇ ਚੈੱਕ ਕਰ ਲਓ ਏ ਬੀ ਆਰ ਏ ਐਚ ਏ ਐਮ ਐਲ ਆਈ ਐਨ ਸੀ ਓ ਐਲ ਐਨ ਅਬਰਾਹਮ ਲਿੰਕਨ ਫਿਰ ਦੁਬਾਰਾ ਅਬਰਾਹਮ ਲਿੰਕਨ ਦੇ ਸਪੈਲਿੰਗ ਏ ਬੀ ਆਰ ਏ ਐਚ ਏ ਐਮ ਐਲ ਆਈ ਐਨ ਸੀ ਓ ਐਲ ਐਨ ਡੈਫੀਨੇਸ਼ਨ ਐਜ਼ ਇਟ ਇਜ਼ ਲਿਖਣੀ ਹੈ ਬੇਟੇ ਧਿਆਨ ਦਿਆ ਜੇ ਕੀ ਕਹਿੰਦੇ ਹੈ ਅਬਰਾਹਮ ਲਿੰਕਨ ਕੀ ਕਹਿੰਦੇ ਨੇ ਡੈਮੋਕ੍ਰੇਸੀ ਲਿਖੋ ਡੈਮੋਕ੍ਰੇਸੀ ਇਜ਼ ਦ ਗਵਰਨਮੈਂਟ ਆਫ ਦ ਪੀਪਲ ਫੋਰ ਦ ਪੀਪਲ ਐਂਡ ਬਾਏ ਦ ਪੀਪਲ ਦੁਬਾਰਾ ਫਿਰ ਸੁਣ ਲਓ ਜਾਂ ਲਿਖ ਲਓ ਬੇਟੇ ਡੈਮੋਕ੍ਰੇਸੀ ਇਜ਼ ਦ ਗਵਰਨਮੈਂਟ ਆਫ ਦ ਪੀਪਲ ਫੋਰ ਦ ਪੀਪਲ ਐਂਡ ਬਾਏ ਦ ਪੀਪਲ ਓਕੇ ਸੈਕਿੰਡ ਡੈਫੀਨੇਸ਼ਨ ਲਿਖੋ ਬੇਟੇ ਐਸ ਡਬਲਈ ਐਲ ਈ ਵਾਈ ਸਿਲੇ ਐਸ ਡਬਲ ਈ ਐਲ ਈ ਵਾਈ ਸਿਲੇ ਸਿਲੇ ਕੀ ਕਹਿੰਦੇ ਨੇ ਬੇਟੇ ਡੈਮੋਕ੍ਰੇਸੀ ਲਿਖੋ ਸਿਲੇ ਕਾ ਪਾ ਕੇ ਉਸ ਤੋਂ ਬਾਅਦ ਇਨਵਰਟਡ ਕੋਮਾ ਪਾਉਣਾ ਹੈ ਬੇਟੇ ਕੋਮਾ ਉੱਪਰ ਦੋ ਕੋਮੇ ਠੀਕ ਹੈ ਨਾ ਸਿਲੇ ਕੀ ਕਹਿੰਦੇ ਹੈ ਡੈਮੋਕ੍ਰੇਸੀ ਇਜ਼ ਅ ਗਵਰਨਮੈਂਟ ਇਨ ਵਿਚ ਐਵਰੀ ਵਨ ਹੈਜ਼ ਅ ਸ਼ੇਅਰ
Democracy is a government in which everyone has a share. Okay, एक definition बेटे और लिखाऊंगा, वो है hall, H-A-L-L, hall. Hall की कहते हैं, democracy is that form of political organization. लिखो बेटे, democracy is that form of political organization in which public opinion has control. दोबारा मैं बोलना बेटे, democracy is that form of political organization in which public opinion has control. Okay, so we can say that after the discussion of these definitions, we can say that no single definition is sufficient to describe democracy, because it is a huge term. Democracy दी सरकार है ना जिहड़ी अज दे सब तो वड्डी सरकार हुंदी है डेमोक्रेसी दी. इट हैज अ ह्यूज मीनिंग. वी कैन से दैट इट इज इट कैन द वर्ड डेमोक्रेसी कैन नॉट बी बाउंडेड इन अ सिंगल डेफिनेशन. सो नो सिंगल डेफिनेशन इज सफिशिएंट टू डिस्क्राइब डेमोक्रेसी कंप्लीटली. सो टू अंडरस्टैंड डेमोक्रेसी वी शुड नो द बेसिक प्रिंसिपल्स ऑफ डेमोक्रेसी. सानू कुछ प्रिंसिपल्स नू डिस्कस करना पड़ेगा बेटे. इफ वी वांट टू डिस्कस अबाउट द डेमोक्रेसी वी शुड डिस्कस अबाउट सम प्रिंसिपल्स ऑफ डेमोक्रेसी, बिकॉज देर इज नो एनी सिंगल डेफिनेशन दैट कैन डिस्क्राइब डेमोक्रेसी इन इट्स फुल फॉर्म. ओके, सो फर्स्ट ऑफ ऑल बेटे हुण एक हैडिंग बना लो, प्रिंसिपल्स ऑफ डेमोक्रेसी. देखते हैं कि कड़े सर रिपीट बेटा कड़ी डेफिनेशन रिपीट करनी है बच्चे. बेटे कड़ी डेफिनेशन करनी है कि सारियां करनी है बेटे. जे सारियां करनी है ता ऑल लिख दो. अगर कोई एक करनी है ता मैं तीन कराई है बेटे. अब्राहम लिंकन दी कराई है, सीले दी कराई है, एंड हॉल दी कराई है. जेडी डेफिनेशन तुसी कहने हो मैं वो कर ऑल सारियां. चलो लिखो बेटे, लिखो लिखो बेटे, लिखो अब्राहम ए बी आर ए एच ए एम L I N C O L N. अब्राहम लिंकन ने डेफिनेशन दी है. लिखो बेटे डेमोक्रेसी करी शॉर्ट फॉर्म दे विच, थोड़ा स्लो फास्ट फास्ट लिख लो. डेमोक्रेसी इज द गवर्नमेंट. अब्राहम लिंकन पाके एक कॉमा थल्ले पाओ, दो कॉमे ऊपर पाओ, ठीक है. डेमोक्रेसी इज द गवर्नमेंट ऑफ द पीपल फॉर द पीपल एंड बाय द पीपल. गवर्नमेंट ऑफ द पीपल फॉर द पीपल बाय द पीपल. ओके, ए अब्राहम लिंकन ने कहा सी. सीले ने की कहा सी बेटे, एस डब्ल्यू एल ई वाई सीले. डेमोक्रेसी इज अ गवर्नमेंट इन विच एवरीवन हैज अ शेयर. मैं रिपीट करा रहा हूं, अर्श अंश बदवा दी आईडी तो जो बच्चे बैठा हुआ है, मैं रिपीट करा रहा हूं. अब्राहम लिंकन दी डेफिनेशन मैं रिपीट करवा देती है. आई रिपीट अगेन, डेमोक्रेसी इज द गवर्नमेंट ऑफ द पीपल फॉर द पीपल एंड बाय द पीपल. एंड सीले कहना बेटे, एस डब्ल्यू एल ई वाई सीले सेज दैट डेमोक्रेसी इज अ गवर्नमेंट इन विच एवरीवन हैज अ शेयर. एंड हॉल की कहना है, एच ए डबल एल हॉल कहना है, डेमोक्रेसी इज दैट फॉर्म ऑफ पोलिटिकल ऑर्गेनाइजेशन political organization in which public opinion has control. edi bete main tanu definition di nu elaborate kar dena ki kende democracy is that form of political organization. political organization di democracy oh form hai jide vich lok rai jehdi hegi hai na oh control kardi hai. lok rai matlab lok assi saadi rai ki hai, ਸਾਡਾ ਕੀ ਵਿਊ ਹੈ, ਇਹ ਕੰਟਰੋਲ ਕਰਦਾ ਹੈ ਪੋਲੀਟੀਕਲ ਆਰਗੇਨਾਈਜੇਸ਼ਨ ਨੂੰ, ਪੋਲੀਟੀਕਲ ਪਾਰਟੀਜ਼ ਨੂੰ. ਦੈਟ ਇਜ਼ ਕਾਲਡ ਡੈਮੋਕ੍ਰੇਸੀ. ਓਕੇ ਸੋ ਇਹਦੇ ਤੋਂ ਬਾਅਦ ਮੈਂ ਕਿਹਾ ਸੀ ਕਿ ਨੋ ਸਿੰਗਲ ਡੈਫੀਨੇਸ਼ਨ ਇਜ਼ ਸਫੀਸ਼ੀਐਂਟ ਟੂ ਡਿਸਕ੍ਰਾਈਬ ਦਾ ਵਰਡ ਡੈਮੋਕ੍ਰੇਸੀ ਇਨ ਇਟਸ ਫੁੱਲ ਫੋਰਮ, ਬਿਕੋਜ਼ ਇਟ ਇਜ਼ ਅ ਵੈਰੀ ਹਿਊਜ ਟਰਮ. ਸੋ ਵੀ ਕੈਨ ਨੋਟ ਬਾਊਂਡ ਇਟ ਇਨ ਅ ਸਿੰਗਲ ਡੈਫੀਨੇਸ਼ਨ. ਸੋ ਟੂ ਨੋ ਦ ਐਗਜੈਕਟ ਮੀਨਿੰਗ ਆਫ ਡੈਮੋਕ੍ਰੇਸੀ ਵੀ ਸ਼ੁੱਡ ਨੋ the basic principles of democracy. If we know the basic principles of democracy, then we can say that we know what is actually democracy. Okay, so now I am discussing with all of you about the principles of democracy.
ओके बेटे अंश वधवा थैंक यू बच्चे रिपीट कर हो गई बेटे ओके सारे बच्चों नू ही मैसेज ला दे करो आप आलमोस्ट इसे टाइम पे ही क्लास लगाया करांगे सो बेसिक प्रिंसिपल्स ऑफ डेमोक्रेसी आई एम टेलिंग ऑल ऑफ यू कि अपने बच्चों नू अपने फ्रेंड्स नू बेटे शेयर जरूर कर दिया करो सो नेक्स्ट टॉपिक इज बेसिक of democracy if you want then please notes banai jao chote chote notes bete so that key notes when you want to repeat this chapter just key notes nu study karo te us to baad tada chapter jada hai oh repeat ho jayega basic principles of democracy likh lo bete basic principles of democracy I think bete aaj naal di naal ek hor bhi class shayad math di chal rahi hai koi gal nahi bete from tomorrow onwards we will make some schedule so that ki thodi koi class miss na hove आप कोई शेड्यूल करते हैं क्लासिज का टाइम है इस तरीके की थोड़ी कोई क्लास ना हो ठीक है ओके बेसिक प्रिंसिपल्स ऑफ डेमोक्रेसी नंबर वन राइट डाउन ऑन योर नोटबुक्स दैट बेसिक प्रिंसिपल्स ऑफ डेमोक्रेसी नंबर वन इज डेमोक्रेसी प्रोवाइड्स राइट टू फ्रीडम ऑफ स्पीच एंड एक्सप्रेशन कॉमा टू क्रिटिसाइज टू डिफर फ्रॉम अदर्स डेमोक्रेसी है जी सू प्रोवाइड करती है फ्रीडम ऑफ स्पीच देखो बेटे अब मेरे लिए देख लो मैं हूँ लाइव होकर थानू सारे बच्चों किदा किदा बोल रहा मेरे जो मर्जी बोली जावा मेरी मर्जी है तुम भी बेटे जिते जाते हो मान लो तुम स्टेज के उपर अपना कोई स्पीच देन गए कोई पोएम रिसाइट करन गए कोई भाषण देन गए कुछ भी बोलन गए तो तुम बोलते हो बस ये है बेटे सानू अपने मोरल वैल्यूज सानू अपने एथिक्स सामने रखना पैंदा है कि असी कित्थे बोल रहे हाँ सानू कोई इदां दी गल नहीं बोलनी चाहिए कि जिदे नाल लोग हर्ट होन ते ये सानू कौन प्रोवाइड करता है सानू डेमोक्रेसी प्रोवाइड करती है आई रिपीट अगेन द फर्स्ट प्रिंसीपल ऑफ डेमोक्रेसी इज डेमोक्रेसी प्रोवाइड्स right to freedom of speech and expression to criticize and to differ from others mainu right hai main speech de sakda ha main bol sakda ha main express kar sakda ha apne aap nu main apne aap nu logan to alag dikha sakda ha I have all these rights and who gives me this right democracy okay beta second principle of democracy is based on the principles of tolerance there is a liberty to express your opinion democracy sanu tolerance sikhandi hai bete ki tusi tolerate karna hai kuch bhi theek hai na tusi violence nahi create karni tit for tat nahi karna democracy sanu tolerance sikhandi hai in democracy third one is in democracy disputes on national and international level are settled through inspiration and peaceful way कोई भी डिस्प्यूट साडा हो गया कोई नैशनल हो गया चाहे इंटरनेशनल हो गया वो बड़े पीसफुल वे नाल साडा सॉर्ट आउट करन दी सानू ट्रेनिंग दिंदी है डेमोक्रेसी फोर्थ वन इज डेमोक्रेसी इज क्लीयरली अगेंस्ट वायलेंस थ्रू दो इट मे बी यूज फॉर द वेलफेयर ऑफ सोसाइटी वायलेंस दे बिल्कुल अगेंस्ट है एक गल है कि जेकर सोसाइटी दे वेलफेयर लई कीती जावे फॉर एग्जाम्पल कोई सीज फायर हो जाती है मान लो बॉर्डर ते उत्ते हो भी सकती है ठीक है द गवर्नमेंट विच यूज अनफेयर सुप्रेसिव पावर इन द नेम ऑफ सोशल वेलफेयर कैन नॉट बी कॉल्ड अ डेमोक्रेटिक गवर्नमेंट जिहड़ी सरकार एक सुप्रेसिव अपनी तानाशाही पावर नू यूज करती है तो उन्होंने कहती है कि असी लोगों की सोशल वेलफेयर लिए यूज कर रहे हैं दैट इज नॉट कॉल्ड डेमोक्रेसी डेमोक्रेसी इनहेंसिज द डिग्निटी ऑफ एन इंडिविजुअल तो हमारी डिग्निटी इनहेंस करती है If you want to shine like a star, the democracy that will give you the stage, that will give you the power to enhance yourself. Democracy tanu degi. Democracy enhances the dignity of an individual. That is why people are given different type of rights in the democracy. Logan nu right dite jande ne. Fundamental rights jo hai na sanu democracy provide kardi hai. To kede kede ne? Aap baad chon discuss karange. Democracy is the form of government where Sovereignty lies in the hands of people. ठीक है प्रभु सत्ता वट इज द मीनिंग ऑफ सोवरेंटी आई विल डिस्कस लेटर कि प्रभु सत्ता है साडे देश दे विच प्रैक्टिकली डेमोक्रेसी इज अ रूल ऑफ मेजोरिटी वेयर द इंटरस्ट एंड राइट्स ऑफ मिनोरिटी आर प्रोटेक्टेड लोगों का राज है तो जिथे गरीब लोगों के प्रोटेक्ट किए जाते हैं राइट्स उत्थे उन्हें डेमोक्रेसी बोलते हैं एक अद्धा पॉइंट होर बोलांगा मैं उस तो बाद बेटे आप अज्ज दे लैसन नूं आप इत्थे
ਰੋਕਾਂਗੇ ਤੇ ਉਸ ਤੋਂ ਬਾਅਦ ਕੱਲ ਨੂੰ ਆਪਾਂ ਕੱਲ ਦਾ ਟੌਪਿਕ ਬਟੇ ਆਪਾਂ ਕਰਾਂਗੇ ਇੰਪੋਰਟੈਂਸ ਆਫ ਡੈਮੋਕ੍ਰੇਸੀ ਠੀਕ ਹੈ ਡੈਮੋਕ੍ਰੇਸੀ ਗਵਰਨਮੈਂਟ ਵਰਕਸ ਸਟ੍ਰਿਕਟਲੀ ਅਕੋਰਡਿੰਗ ਟੂ ਦਾ ਕਨਸਟੀਟਿਊਸ਼ਨ ਸਾਡੇ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਡੈਮੋਕ੍ਰੇਸੀ ਵਰਕ ਕਰਦੀ ਹੈ ਵਿਚ ਹੈਜ਼ ਬੀਨ ਅਸੈਪਟਡ ਬਾਈ ਦਾ ਪੀਪਲ ਸਾਡੇ ਸਭ ਤੋਂ ਜ਼ਰੂਰੀ ਕਿਤਾਬ ਸਾਡੇ ਦੇਸ਼ ਦੀ ਸਾਡੇ ਸਭ ਤੋਂ ਇੱਕ ਜ਼ਰੂਰੀ ਦਸਤਾਵੇਜ਼ ਉਹ ਹੈ ਸਾਡਾ ਕਨਸਟੀਟਿਊਸ਼ਨ ਠੀਕ ਹੈ ਇੰਡੀਆ ਦਾ ਕਨਸਟੀਟਿਊਸ਼ਨ ਬੇਟੇ 2 ਸਾਲ 11 ਮਹੀਨੇ 18 ਦਿਨ ਦੀ ਬੜੀ ਮਿਹਨਤ ਮੁਸ਼ਕਤ ਤੋਂ ਬਾਅਦ ਬਣਿਆ ਸੀ 26 ਜਨਵਰੀ 1950 ਨੂੰ ਇਹ ਲਾਗੂ ਕੀਤਾ ਗਿਆ ਸੀ ਇਹਦੇ ਬਾਰੇ ਵੀ ਆਪਾਂ ਪ੍ਰੋਪਰ ਡਿਸਕਸ਼ਨ ਕਰਾਂਗੇ ਅਤੇ ਸਾਡੀ ਜਿਹੜੀ ਡੈਮੋਕ੍ਰੇਟਿਕ ਗਵਰਨਮੈਂਟ ਹੈ ਨਾ ਇਟ ਵਰਕਸ ਸਟ੍ਰਿਕਟਲੀ ਔਨ ਦਾ ਬੇਸਿਸ ਆਫ ਕਨਸਟੀਟਿਊਸ਼ਨ ਬਟ ਕਨਸਟੀਟਿਊਸ਼ਨ ਸੇਜ਼ ਸਾਡੀ ਡੈਮੋਕ੍ਰੇਸੀ ਉਹਨੂੰ ਫੋਲੋ ਕਰਦੀ ਹੈ ਕਨਸਟੀਟਿਊਸ਼ਨ ਤੋਂ ਪਾਸੇ ਅਸੀਂ ਜਾ ਹੀ ਨਹੀਂ ਸਕਦੇ ਓਕੇ ਡੈਮੋਕ੍ਰੇਸੀ ਇਜ਼ ਬੇਸਡ ਔਨ ਦਾ ਪ੍ਰਿੰਸੀਪਲ ਆਫ ਮੈਕਸੀਮਮ ਵੈਲਫੇਅਰ ਆਫ ਆਲ ਸੈਕਸ਼ਨ ਆਫ ਦਾ ਸੋਸਾਇਟੀ ਵੀਕਰ ਸੈਕਸ਼ਨ ਠੀਕ ਹੈ ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਮੇਂ ਹੈ ਭਾਈ ਭਾਈ ਕੌਣ ਹੈ ਕੌਣ ਕਹਿੰਦਾ ਹੈ ਡੈਮੋਕ੍ਰੇਸੀ ਕਹਿੰਦੀ ਹੈ ਕਿ ਕਿਸੇ ਵੀ ਸੈਕਸ਼ਨ ਨੂੰ ਅਸੀਂ ਲੈਟ ਡਾਊਨ ਨਹੀਂ ਕਰਨਾ ਸਾਰੇ ਸੈਕਸ਼ਨ ਨੂੰ ਅਸੀਂ ਬਰਾਬਰ ਲੈ ਕੇ ਚੱਲਣਾ ਰਿਜ਼ਰਵੇਸ਼ਨ ਕਿਉਂ ਹੁੰਦੀ ਹੈ ਬੇਟੇ ਜਿਹੜੀਆਂ ਲੋਅ ਕਾਸਟ ਦੀ ਰਿਜ਼ਰਵੇਸ਼ਨ ਹੁੰਦੀ ਹੈ ਉਹ ਡੈਮੋਕ੍ਰੇਸੀ ਨੇ ਦਿੱਤੀ ਹੋਈ ਹੈ ਬੇਟੇ ਸੋ ਦੈਟ ਆਲ ਦਾ ਪੀਪਲ ਫੀਲ ਸੇਮ ਇਨ ਦਾ ਸੋਸਾਇਟੀ ਠੀਕ ਹੈ ਇਹ ਬੇਟੇ ਨੋਟਸ ਕਿੱਦਾਂ ਪੈ ਜਾਣਗੇ ਬੇਟੇ ਹਾਂ ਮੈਂ ਪਿੱਕ ਕਰਕੇ ਪਾ ਦੂੰਗਾ ਲੇਕਿਨ ਤੁਸੀਂ ਐਨੀ ਟਾਈਮ ਤੁਸੀਂ ਬੇਟੇ ਵਿੱਚ ਹੀ ਰਹੇਗਾ ਇਹ ਲੈਸਨ ਤੁਸੀਂ ਸੁਣ ਵੀ ਸਕਦੇ ਹੋ ਐਂਡ ਲਾਸਟ ਪੁਆਇੰਟ ਹੈ ਬੇਟੇ ਇਨ ਡੈਮੋਕ੍ਰੇਸੀ ਗਵਰਨਮੈਂਟ ਕੈਨ ਬੀ ਚੇਂਜ ਬਾਈ ਕੋਨਸਟੀਟਿਊਸ਼ਨਲ ਮੈਥਡਸ ਇਟ ਇਜ਼ ਅਗੇਂਸਟ ਚੇਂਜਿੰਗ ਦਾ ਗਵਰਨਮੈਂਟ ਬਾਈ ਵਾਇਲੈਂਟ ਮੈਜਰਸ ਓਕੇ ਕਿਸੇ ਸਿਆਣੇ ਇੱਥੋਂ ਤੱਕ ਆਪਾਂ ਬੰਦ ਕਰਾਂਗੇ ਬੇਟੇ ਕੱਲ੍ਹ ਨੂੰ ਆਪਾਂ ਇੰਪੋਰਟੈਂਸ ਔਫ ਡੈਮੋਕ੍ਰੇਸੀ ਕਰਾਂਗੇ ਕਿਸੇ ਸਿਆਣੇ ਬੰਦੇ ਕਿਸੇ ਫਿਲੋਸਫਰ ਨੇ ਕਿਹਾ ਹੈ ਕਿ ਡੈਮੋਕ੍ਰੇਸੀ ਧਿਆਨ ਦਿਆ ਜੇ ਬੇਟੇ ਡੈਮੋਕ੍ਰੇਸੀ ਇਜ਼ ਦਾ ਗਵਰਨਮੈਂਟ ਵੇਅਰ ਯੂ ਕੈਨ ਚੇਂਜ ਦਾ ਕਰਪਟ ਲੀਡਰਸ ਵਿਦ ਬੈਲਟਸ ਨਾਟ ਵਿਦ ਬੁਲੇਟਸ ਦੁਬਾਰਾ ਸੁਣੋ ਬੜੀ ਅੱਛੀ ਗੱਲ ਹੈ ਡੈਮੋਕ੍ਰੇਸੀ is that form of government where you can change the corrupt leaders with ballots not bullets I will end my lesson today ਇਸ ਤਰ੍ਹਾਂ ਦਾ ਲੱਗਿਆ ਬੇਟੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਦੇ ਸਕਦੇ ਹੋ ਇਫ ਯੂ ਵਾਂਟ ਦੈਟ ਦੀਸ ਚੇਂਜਿਸ ਸ਼ੁੱਡ ਬੀ ਮੇਡ ਬਾਏ ਰਣਜੀਤ ਸਰ ਇਨ ਦਾ ਲੈਸਨ ਤਾਂ ਆਪਣੀ ਰਾਏ ਵੀ ਦੇ ਸਕਦੇ ਹੋ ਅੱਜ ਬੇਟੇ ਫਸਟ ਡੇ ਸੀ ਕੁਛ ਇੱਕ ਕਮੀਆਂ ਰਹਿ ਗਈਆਂ ਹੋਣਗੀਆਂ ਉਹਦੇ ਲਈ ਆਪਾਂ ਅਪੋਲੋਜਾਈਜ਼ ਕਰਦੇ ਹਾਂ ਜੇਕਰ ਕਿਸੇ ਨੂੰ ਵਿਜੀਬਿਲਿਟੀ ਨਹੀਂ ਹੋਈ ਜੀ ਕਿਸੇ ਨੂੰ ਆਡੀਓ ਦੀ ਕੋਈ ਕਲੈਰਿਟੀ ਨਹੀਂ ਹੋਈ ਲੇਕਿਨ ਕੱਲ੍ਹ ਤੋਂ ਬੇਟੇ ਟਾਈਮ ਜਿਹੜਾ ਹੈ ਸ਼ਡਿਊਲ ਕਰ ਦਿੱਤਾ ਜਾਏਗਾ ਕਿਉਂਕਿ ਨਾਲ ਦੀ ਨਾਲ ਦੂਸਰੀਆਂ ਕਲਾਸਿਸ ਜੇ ਲੱਗ ਰਹੀਆਂ ਤਾਂ ਤੁਹਾਡਾ ਲੋਸ ਹੋਏਗਾ SST ਦਾ ਟਾਈਮ ਕੀ ਰਹੇਗਾ ਉਹ ਮੈਂ ਤੁਹਾਨੂੰ ਸ਼ਡਿਊਲ ਕਰਕੇ ਦੱਸ ਦਿਆਂਗਾ ਆਪਾਂ ਕੱਲ੍ਹ ਹੀ ਟਿਲ ਦਾ ਨੈਕਸਟ ਲੈਕਚਰ ਇਟਸ ਗੁੱਡ ਬਾਏ ਫਰੋਮ ਮਾਈ ਸਾਈਡ ਬੇਟਾ ਆਪਣਾ ਖਿਆਲ ਰੱਖਣਾ ਜੋ ਅਗਰ ਛੁੱਟੀਆਂ ਹੋਈਆਂ ਤਾਂ ਇਹਨਾਂ ਨੂੰ ਸਹੀ ਤਰੀਕੇ ਨਾਲ ਯੂਟੀਲਾਈਜ਼ ਕਰਨਾ ਇਹ ਨਹੀਂ ਕਿ ਅਸੀਂ ਆਪਣੇ ਘੁੰਮਣ ਕਿਤੇ ਚਲੇ ਜਾਈਏ ਜਾਂ ਕਿਤੇ ਰਿਸ਼ਤੇਦਾਰੀ ਦੇ ਚਲੇ ਜਾਈਏ ਕਿਉਂਕਿ ਬੇਟੇ ਸਰਕਾਰ ਨੇ ਸਾਨੂੰ ਛੁੱਟੀਆਂ ਤਾਂ ਕੀਤੀਆਂ ਸੋ ਦੈਟ ਦਾ ਗਵਰਨਮੈਂਟ ਕੈਨ ਪ੍ਰੋਟੈਕਟ ਅਸ ਓਕੇ ਬੜਾ ਅੱਛਾ ਇਨੀਸ਼ੀਏਟਿਵ ਹੈ ਸਾਡੇ ਗਵਰਨਮੈਂਟ ਸਕੂਲਸ ਸਪੈਸ਼ਲੀ ਗਰਲ ਸਕੂਲ ਦੇ ਵਿੱਚ ਪ੍ਰਿੰਸੀਪਲ ਸਰ ਅਮਿਤ ਗਗਨੇਜਾ ਜੀ ਦਾ ਕਿ ਉਹਨਾਂ ਨੇ ਲਾਈਵ ਲੈਕਚਰ ਜਿਹੜੇ ਹੈ ਇਸ ਤਰੀਕੇ ਨਾਲ ਸ਼ੁਰੂ ਕਰਨ ਦੀ ਸਾਨੂੰ ਪਰਮਿਸ਼ਨ ਦਿੱਤੀ ਹੈ ਥੈਂਕ ਯੂ ਅਮਿਤ ਸਰ ਤਾਂ ਇਹਦੇ ਨਾਲ ਹੀ ਆਪਾਂ ਬੇਟੇ ਅੱਜ ਦਾ ਲੈਸਨ ਖਤਮ ਕਰਦੇ ਹਾਂ ਕੱਲ੍ਹ ਆਪਾਂ ਬੇਟੇ ਟਾਈਮ ਮੈਂ ਤੁਹਾਨੂੰ ਦੇ ਦਿਆਂਗਾ ਇਸੇ ਤਰੀਕੇ ਲਿੰਕ ਆ ਜਾਏਗਾ ਟਿਲ ਦਾ ਨੈਕਸਟ ਲੈਕਚਰ ਇਟਸ ਬਾਏ ਬਾਏ